स्वागत है पीटीसी न्यूज़ अभी सारे दर्शकों का मैं हरप्रीत तो देख रहे हो पीटीसी न्यूज का फेसबुक पेज एक अहम खबर अच्छ चारे पास हाहाकार है पेट्रोल डीजल रेट ने सौ रुपए तो आंकड़ा पार हो चुका हर आम खास एक कीमतों बहुत भारी साबित हो रही ने दरअसल जो भी पेट्रोल डीजल के रेट वे महंगाई यकदमी है तुम पेट्रोल डीजल की वरतों करो ज करो पर बजट जरूर विगड़ेगा क्योंकि इस चीज के सारियां चीजा जुड़िया हुई ढोआ ढोआई जुड़ी हुई है ਫਲ ਸਬਜ਼ੀਆਂ ਦੁੱਧ ਹਰ ਤਰ੍ਹਾਂ ਦੀ ਜਿਹੜੀ ਸਮਗਰੀ ਹੈਗੀ ਹੈ ਉਹਦੇ ਰੇਟ ਵੱਜ ਜਾਂਦੇ ਨੇ ਅੱਜ ਇਸ ਖਾਸ ਰਿਪੋਰਟ ਰਾਹੀਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਕਿਵੇਂ ਸਰਕਾਰਾਂ ਤੁਹਾਨੂੰ ਲੁੱਟ ਰਹੀਆਂ ਬੇਸਿਕ ਪ੍ਰਾਈਸ ਪੈਟਰੋਲ ਡੀਜ਼ਲ ਦਾ ਕੀ ਹੈ ਤੇ ਉਹਦੇ ਉੱਤੇ ਕਿੰਨਾ ਕਿੰਨਾ ਟੈਕਸ ਲਗਾਇਆ ਜਾਂਦਾ ਦੁੱਗਣੇ ਤੋਂ ਵੀ ਵੱਧ ਜੀ ਹਾਂ ਬਿਲਕੁਲ ਠੀਕ ਸੁਣ ਰਹੇ ਹੋ ਮੂਲ ਰੇਟ ਜਿਹੜਾ ਹੈਗਾ ਦੁੱਗਣੇ ਤੋਂ ਵੀ ਵੱਧ ਪੈਸਾ ਜਿਹੜਾ ਉਹ ਟੈਕਸਸ ਦੇ ਵਿੱਚ ਵੈਟ ਦੇ ਵਿੱਚ ਐਕਸਾਈਜ਼ ਦੇ ਵਿੱਚ ਚਲਾ ਜਾਂਦਾ ਹੈ ਸੂਬਾ ਸਰਕਾਰ ਦੇ ਕੋਲ ਤੇ ਕੇਂਦਰ ਸਰਕਾਰ ਦੇ ਕੋਲ ਤੇ ਤੇਲ ਕੰਪਨੀਆਂ ਦੇ ਕੋਲ ਕਿਵੇਂ ਇਹਨਾਂ ਤਿੰਨਾਂ ਨੇ ਲੁੱਟ ਮਚਾਈ ਹੋਈ ਹੈ ਆਮ ਲੋਕਾਂ ਦੀ ਔਰ ਕਿਵੇਂ ਖਜਲਖਵਾਰ ਹੁੰਦੇ ਨੇ ਆਮ ਲੋਕ ਅੱਜ ਇਸ ਰਿਪੋਰਟ ਦੇ ਵਿੱਚ ਦਖਾਵਾਗੇ ਚਾਰ ਹਿੱਸਿਆਂ ਦੇ ਵਿੱਚ ਇਹ ਰਿਪੋਰਟ ਵੰਡੀ ਹੋਈ ਹੈ ਇਸ ਰਿਪੋਰਟ ਨੂੰ ਵੇਖਣ ਤੋਂ ਬਾਅਦ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਕਿਵੇਂ ਆਮ ਜਨਤਾ ਦੀ ਲੁੱਟ ਖਸੁੱਟ ਇਹ ਕੰਪਨੀਆਂ ਤੇ ਸਰਕਾਰਾਂ ਮਿਲ ਕੇ ਕਰਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਾਉਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਪੈਟਰੋਲ ਜਾਂ ਡੀਜ਼ਲ ਇੱਕ ਲੀਟਰ ਪਾਉਂਦੇ ਹੋ ਤਾਂ ਕਿੰਨਾ ਪੈਸਾ ਪੈਟਰੋਲ ਡੀਜ਼ਲ ਤੇ ਚੁਕਾਉਂਦੇ ਹੋ ਤਾਂ ਕਿੰਨਾ ਪੈਸਾ ਟੈਕਸਿਸ ਦੇ ਰੂਪ ਦੇ ਵਿੱਚ ਵੈਟ ਦੇ ਰੂਪ ਦੇ ਵਿੱਚ ਜਾਂ ਐਕਸਾਈਜ਼ ਦੇ ਰੂਪ ਦੇ ਵਿੱਚ ਤੁਸੀਂ ਦਿੰਦੇ ਹੋ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਟਰੋਲ فی ਲੀਟਰ ਤੁਹਾਨੂੰ ਦੱਸਦੇ ਕਿ ਟੈਕਸ ਦੀ ਸਲੈਬ ਕੀ ਹੈ ਮੂਲ ਕੀਮਤ ਪੈਟਰੋਲ ਦੀ ਪੰਜਾਬ ਦੇ ਵਿੱਚ ਹੈਗੀ ਹੈ 35 ਰੁਪਏ 99 ਪੈਸੇ فی ਲੀਟਰ ਸਿਰਫ 35 ਰੁਪਏ 99 ਪੈਸੇ فی ਲੀਟਰ ਪੈਟਰੋਲ ਦੀ ਮੂਲ ਕੀਮਤ ਹੈਗੀ ਹੈ ਜਿਸ ਦੇ ਵਿੱਚ ਐਕਸਾਈਜ਼ ਡਿਊਟੀ ਜੋ ਕਿ ਕੇਂਦਰ ਸਰਕਾਰ ਵੱਲੋਂ ਲਈ ਜਾਂਦੀ ਹੈ ਉਹ ਹੈ 32 ਰੁਪਏ 90 ਪੈਸੇ ਯਾਨੀ ਕਿ ਲਗਭਗ 33 ਰੁਪਏ ਪਰ ਲੀਟਰ ਕੇਂਦਰ ਸਰਕਾਰ ਦੀ ਜੇਬ ਦੇ ਵਿੱਚ ਚਲਾ ਜਾਂਦਾ ਜਦੋਂ ਤੁਸੀਂ ਪੈਸੇ ਦਿੰਦੇ ਹੋ ਇਸ ਦੇ ਵਿੱਚ ਵੈਟ ਕਿੰਨਾ ਹੈ 24 ਰੁਪਏ 69 ਪੈਸੇ ਯਾਨੀ ਕਿ 25 ਰੁਪਏ ਲਗਭਗ ਸੁਭਾ ਸਰਕਾਰ ਤੋਂ ਅਟੋਟੋ ਲੈ ਲੈਂਦੀ ਹੈ ਵੈਟ ਦੇ ਰੂਪ ਦੇ ਵਿੱਚ ਇਸੇ ਤਰ੍ਹਾਂ ਡੀਲਰ ਦੀ ਕਮਿਸ਼ਨ ਜਾਂਦੀ ਹੈ 3 ਰੁਪਏ 45 ਪੈਸੇ ਗ੍ਰਾਹਕ ਨੂੰ ਪ੍ਰਤੀ ਲੀਟਰ ਤੇਲ ਪੈਂਦਾ ਹੈ 97 ਰੁਪਏ 29 ਪੈਸੇ ਲਗਭਗ 100 ਰੁਪਈਆ ਤੁਸੀਂ ਦਿੰਦੇ ਹੋ ਤੇ ਮੂਲ ਕੀਮਤ ਸਿਰਫ ਹੈਗੀ ਹੈ 35 ਰੁਪਏ 99 ਪੈਸੇ ਇਥੋਂ ਹਿਸਾਬ ਲਾਓ ਕਿ ਕਿਸ ਤਰ੍ਹਾਂ ਦੀ ਲੁੱਟ ਹੈ ਕੁੱਲ ਟੈਕਸ ਕਿੰਨਾ ਬਣਦਾ ਹੈ 57 ਰੁਪਏ 59 ਪੈਸੇ ਲਗਭਗ 60 ਰੁਪਏ ਲਾ ਲਓ ਤੁਸੀਂ ਟੈਕਸ ਦੇ ਰੂਪ ਦੇ ਵਿੱਚ ਦਿੰਦੇ ਹੋ ਪ੍ਰਤੀ ਲੀਟਰ ਪੈਟਰੋਲ ਦੇ ਵਿੱਚ ਇਸੇ ਤਰ੍ਹਾਂ ਡੀਜ਼ਲ ਦਾ ਵੀ ਇਹ ਹੀ ਹਾਲ ਹੈ ਮੂਲ ਕੀਮਤ ਡੀਜ਼ਲ ਦੀ ਸਿਰਫ ਹੈਗੀ ਆ 38 ਰੁਪਏ ਤੋਂ 49 ਪੈਸੇ ਇਹ ਮੂਲ ਕੀਮਤ ਹੈ 38 ਰੁਪਏ 49 ਪੈਸੇ ਐਕਸਾਈਜ਼ ਡਿਊਟੀ ਹੈ 31 ਰੁਪਏ 80 ਪੈਸੇ ਜਿਹੜੀ ਕੇਂਦਰ ਸਰਕਾਰ ਲੈ ਜਾਂਦਾ ਇਸ ਤੋਂ ਇਲਾਵਾ ਵੈਟ ਜਿਹੜਾ ਸੂਬਾ ਸਰਕਾਰ ਦੇ ਕੋਲ ਜਾਂਦਾ ਉਹ ਹੈ 16 ਰੁਪਏ 23 ਪੈਸੇ ਡੀਲਰ ਕਮਿਸ਼ਨ 2 ਰੁਪਏ 28 ਪੈਸੇ ਗਾਹਕ ਨੂੰ ਪ੍ਰਤੀ ਲੀਟਰ ਡੀਜ਼ਲ ਪੈਂਦਾ ਲਗਭਗ 90 ਰੁਪਏ 99 ਰੁਪਏ 3 ਪੈਸੇ ਦਾ ਤੇ ਕੁੱਲ ਟੈਕਸਿਸ ਦੇ ਵਿੱਚ 48 ਰੁਪਏ 3 ਪੈਸੇ ਤੁਸੀਂ ਪੇ ਕਰਦੇ ਹੋ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਹੁਣ ਤੁਸੀਂ ਇੱਥੋਂ ਹਿਸਾਬ ਲਾਓ ਕਿ ਮੂਲ ਰੇਟ ਕੀ ਨੇ ਟੈਕਸਿਸ ਕਿੰਨੇ ਨੇ ਤੁਹਾਡੇ ਤੋਂ ਕਿੰਨੇ ਪੈਸੇ ਜਿਹੜਾ ਸੂਬਾ ਤੇ ਕੇਂਦਰ ਸਰਕਾਰਾਂ ਲੈਂਦੀਆਂ ਨੇ ਇਹ ਤੁਹਾਨੂੰ ਇਸ ਕਰਕੇ ਦੱਸ ਰਹੇ ਹਾਂ ਕਿ ਜਦੋਂ ਕੱਲ ਨੂੰ ਵੋਟਾਂ ਆਣਗੀਆਂ ਤੁਹਾਨੂੰ ਪਤਾ ਹੋਵੇ ਤੁਹਾਡੀ ਜੇਬ ਦੇ ਵਿੱਚੋਂ ਤੇਲ ਪਾਉਣ ਵੇਲੇ ਕਿੰਨਾ ਕਿੰਨਾ ਪੈਸਾ ਜਿਹੜਾ ਉਹ ਸਰਕਾਰਾਂ ਖਾ ਗਈਆਂ ਇਸ ਤੋਂ ਇਲਾਵਾ ਹੁਣ ਤੋਂ ਇਹ ਵੀ ਦੱਸਦੇ ਆ ਕਿ ਕਿਵੇਂ ਕਿਵੇਂ ਕਿੰਨੇ ਕਿੰਨੇ ਰੇਟ ਵਧਦੇ ਨੇ ਹਾਲੀ ਦੇ ਵਿੱਚ ਜਿਆਦਾ ਪਿੱਛੇ ਨਹੀਂ ਜਾਂਦੇ ਹਾਲੀ ਦੇ ਵਿੱਚ ਕਿਵੇਂ ਕਿਵੇਂ ਰੇਟ ਵਧਦੇ ਨੇ ਸੰਨ 2021 ਦੇ ਵਿੱਚ ਇਸੇ ਸਾਲ ਦੇ ਵਿੱਚ ਪੈਟਰੋਲ ਦੇ ਰੇਟ 49 ਵਾਰ ਵਧੇ ਨੇ ਲਗਭਗ 50 ਵਾਰ ਰੇਟ ਜਿਹੜਾ 2021 ਦੇ ਵਿੱਚ ਤੇਲ ਦਾ ਵਧਿਆ ਪੈਟਰੋਲ ਦਾ ਸਿਰਫ ਜੂਨ ਦੇ ਮਹੀਨੇ ਦੀ ਗੱਲ ਕਰੀ ਆ ਹੁਣ ਜੂਨ ਸ਼ੁਰੂ ਹੋਇਆ ਜੂਨ ਦੇ ਮਹੀਨੇ ਦੇ ਵਿੱਚ 7 ਵਾਰ ਫਿਊਲ ਦੇ ਰੇਟ ਹਾਈਕ ਹੋ ਚੁੱਕੇ ਨੇ ਭਾਵੇਂ ਪੈਟਰੋਲ ਹੋਵੇ ਜਾਂ ਡੀਜ਼ਲ ਹੋਵੇ ਸੱਤ ਵਾਰ ਰੇਟ ਜਿਹੜਾ ਉਹ ਵੱਧ ਚੁੱਕਾ ਹੈ ਮਈ ਦੇ ਵਿੱਚ 16 ਵਾਰ ਰੇਟ ਵਧਿਆ ਸੀਗਾ ਇਹ ਉਹ ਕੇਂਦਰ ਸਰਕਾਰ ਹੈ ਜਿਹੜੀ ਇਹ ਕਹਿੰਦੀ ਸੀਗੀ ਕਿ ਅਸੀਂ ਆਗੇ ਜਦੋਂ ਭਾਜਪਾ ਦੀ ਸਰਕਾਰ ਤਾਂ ਅਸੀਂ ਰੇਟ ਨਹੀਂ ਵਧਣ ਦੇਾਂਗੇ ਆਮ ਲੋਕਾਂ ਦਾ ਕੁਚੂਮਰ ਨਹੀਂ ਕੱਢਣ ਦਾਂਗੇ ਇੱਕ ਹੋਰ ਤੁਹਾਨੂੰ ਹੈਰਾਨਗੀ ਵਾਲੀ ਗੱਲ ਦੱਸੀਏ ਕਿ ਮਈ ਤੇ ਜੂਨ ਦੇ ਜਿਹੜੇ ਮੈਂ ਦੱਸੇ ਨੇ ਕਿ ਸੱਤ ਵਾਰ ਤੇ 16 ਵਾਰ ਰੇਟ ਵਧੇ ਨੇ ਵੈਸਟ ਬੰਗਾਲ ਦੇ ਚੋਣਤੀਜੇ ਆਣ ਤੋਂ ਬਾਅਦ ਵਧੇ ਨੇ ਰੇਟ ਇੱਥੋਂ ਅੰਦਾਜ਼ਾ ਲਾਓ ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਸਾਡੇ ਤਾਂ ਹੱਥ 'ਚ ਨਹੀਂ ਹੈਗਾ ਜੀ ਰੇਟ ਵਧਾਣਾ ਜਾਂ ਰੇਟ ਘਟਾਣਾ ਇਹ ਕਿਵੇਂ ਹੋ ਗਿਆ ਕਿ ਪੱਛਮ ਬੰਗਾਲ ਦੀ ਇਹ ਚੋਣ ਦਾ ਨਤੀਜਾ ਜਿਵੇਂ ਆਂਦਾ ਉਸ ਤੋਂ ਬਾਅਦ 16 ਮਈ ਦੇ ਵਿੱਚ ਰੇਟ ਵਧ ਜਾਂਦੇ ਨੇ 7 ਵਾਰ ਜਿਹੜਾ ਜੂਨ ਦੇ ਵਿੱਚ 7 ਜੂਨ ਹਲੇ ਚੱਲ ਰਿਹਾ ਹਲੇ ਤਾਂ ਕਟੋ-ਕਟ 15-20 ਦਿਨ ਪਏ ਆ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਹੋਰ ਕਿੰਨੇ ਰੇਟ ਵਧਦੇ ਨੇ ਹੁਣ ਤੱਕ 2014 ਤੋਂ ਲੈ ਕੇ ਮੋਦੀ ਸਰਕਾਰ ਦੇ ਚੱਲਦੇ ਆ 30 ਰੁਪਏ ਤੋਂ ਲੈ ਕੇ 40 ਰੁਪਏ ਰੇਟ ਵੱਧ ਚੁੱਕਾ ਹੈ ਪੈਟਰੋਲ ਦਾ ਵੀ ਤੇ ਡੀਜ਼ਲ ਦਾ ਵੀ ਇਹ ਉਹੀ ਸਰਕਾਰ ਹੈ ਜਿਹੜੀ 70 ਰੁਪਏ 60 ਰੁਪਏ ਜਦੋਂ ਪੈਟਰੋਲ ਡੀਜ਼ਲ ਸੀ ਤਾਂ ਅਦਨੰਗੇ ਹੋ ਕੇ ਪ੍ਰਦਰਸ਼ਨ ਕਰਦੇ ਸੀ ਕਿ ਆਮ ਲੋਕਾਂ ਨੂੰ ਖਤਮ ਕਰ ਦਿੱਤਾ ਹੁਣ ਬਿਆਨ ਜੜੇ ਆਂਦੇ ਨੇ ਬਿਆਨ ਵੀ ਤੁਹਾਨੂੰ ਦੱਸ ਦਨੇ ਆ ਇਹਨਾਂ ਰੇਟਾਂ ਦੇ ਵੱਧਣ ਤੋਂ ਬਾਅਦ ਤਰਮਿੰਦਰ ਪ੍ਰਧਾਨ ਜੋ ਕਿ ਪੈਟਰੋਲੀਅਮ ਮੰਤਰੀ ਨੇ ਉਹਨਾਂ ਦਾ ਕੀ ਬਿਆਨ ਆਂਦਾ ਉਹ ਕਹਿੰਦੇ ਨੇ ਕਿ ਪੈਟਰੋਲ ਡੀਜ਼ਲ ਦਾ ਟੈਕਸ ਦੇ ਮੁੱਦੇ ਤੇ ਗੱਲ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ ਕਿਉਂਕਿ ਇਸ ਵਕਤ ਕੋਵਿਡ ਮਹਾਮਾਰੀ ਕਾਰਨ ਵੱਧੇ ਖਰਚਾ ਕਰਨ ਹੈਲਥ ਸੈਕਟਰ ਬਹੁਤ ਪ੍ਰਭਾਵਿਤ ਹੋ ਰਿਹਾ ਇਸ ਕਰਕੇ ਸਾਨੂੰ ਜ਼ਰੂਰਤ ਹੈ ਟੈਕਸ ਦੀ ਟੈਕਸ ਅਸੀਂ ਨਹੀਂ ਕਟਾ ਸਕਦੇ 10 ਜੂਨ ਨੂੰ ਬਿਆਨ ਦਿੰਦੇ ਨੇ ਯੂਨੀਅਨ ਪੈਟਰੋਲੀਅਮ ਮੰਤਰੀ ਦੁਬਾਰਾ ਫਿਰ ਉਹਨਾਂ ਨੇ ਕਿਹਾ ਕਿ ਕਰੂਡ ਆਇਲ ਦੇ ਵੱਧੇ ਰੇਟਾਂ ਕਾਰਨ ਪੈਟਰੋਲ ਤੇ ਡੀਜ਼ਲ ਦੇ ਰੇਟ ਵਧ ਰਹੇ ਨੇ ਜਨਾਬ ਕਰੂਡ ਆਇਲ ਕੋਵਿਡ ਦੌਰਾਨ -37 ਡਾਲਰ ਚਲਾ ਗਿਆ ਸੀਗਾ ਮਤਲਬ ਲੋਕੀ ਕੰਪਨੀਆਂ ਕਹਿੰਦੀਆਂ ਸੀਗੀਆਂ ਕਿ ਫਰੀ ਦੀ ਜਗ੍ਹਾ ਤੁਸੀਂ ਸਾਡੇ ਤੋਂ 37 ਡਾਲਰ ਪੱਲਿਓ ਲੈ ਲਓ ਕਿਰਾਇਆ ਲੈ ਲਓ ਲੈ ਜਾਓ ਕਰੂਡ ਆਇਲ ਤਾ ਕਿਹੜਾ ਤੁਸੀਂ ਜਨਤਾ ਨੂੰ ਸਸਤਾ ਦੇ ਦਿੱਤਾ ਜਿਹੜਾ ਵਾਰ-ਵਾਰ ਇਹ ਟੰਡੋਰਾ ਪਟਾਇਆ ਜਾਂਦਾ ਕਿ ਕਰੂਡ ਆਇਲ ਵਧ ਰਿਹਾ ਇਸ ਕਰਕੇ ਰੇਟ ਵਧ ਰਹੇ ਨੇ 11 ਜੂਨ ਨੂੰ ਸਾਬਕਾ ਫਾਈਨੈਂਸ ਮਿਨਿਸਟਰ ਤਾਂ ਕਹਿੰਦਾ ਕਿ ਜੇਕਰ ਇੰਟਰਨੈਸ਼ਨਲ ਕਰੂਡ ਪ੍ਰਾਈਸਸ ਨੂੰ ਦੇਖਿਆ ਜਾਵੇ ਤਾਂ ਇਸ ਵਕਤ ਪੈਟਰੋਲ ਦੇ ਰੇਟ ਪ੍ਰਤੀ ਲੀਟਰ ਸਿਰਫ 55 ਰੁਪਏ ਹੋਣਾ ਚਾਹੀਦਾ ਹਾਲਾਂਕਿ ਇਹਨਾਂ ਦੀ ਸਰਕਾਰ ਵੱਲੇ ਵੀ ਇਦਾਂ ਦਾ ਹੀ ਕੁਝ ਸੀਗਾ ਪਰ ਇਹਨਾਂ ਨੇ ਕੁਝ ਕੀਤਾ ਨਹੀਂਆ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਸੇਕ ਪੰਜਾਬ ਨੂੰ ਸਭ ਤੋਂ ਵੱਧ ਲੱਗਦਾ ਉਹ ਇਹ ਹੈ ਕਿ ਸਾਡੇ ਗਵਾਂਡੀ ਸੂਬੇ ਚਾਰ ਪਾਸੇ ਦੇ ਖੋਲੋ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੇ ਚੰਡੀਗੜ੍ਹ ਇਹਦਾ ਚਾਰੇ ਪਾਸਿਆਂ ਦੇ ਵਿੱਚ ਪੰਜਾਬ ਦੇ ਨਾਲੋਂ ਰੇਟ ਸਸਤਾ ਹੈ ਜਿਹੜੇ ਤਾਂ ਲੋਕ ਬਾਰਡਰਾਂ ਤੇ ਰਹਿੰਦੇ ਨੇ ਇਹਨਾਂ ਸੂਬਿਆਂ ਦੇ ਯਾਨੀ ਕਿ ਜਿਹੜਾ ਹਰਿਆਣਾ ਦੇ ਬਾਰਡਰ ਤੇ ਰਹਿੰਦਾ ਹੈ ਹਿਮਾਚਲ ਦੇ ਜਾਂ ਜੰਮੂ ਕਸ਼ਮੀਰ ਦੇ ਜਾਂ ਮੋਹਾਲੀ ਟਰਾਈ ਸਿਟੀ ਦੇ ਵਿੱਚ ਰਹਿੰਦਾ ਤਾਂ ਉਹ ਜਾ ਕੇ ਚੰਡੀਗੜ੍ਹੋਂ ਤੇਲ ਪਵਾ ਲੈਂਦਾ ਉਹ ਹਰਿਆਣਾ ਤੋਂ ਵੀ ਪਵਾ ਲੈਂਦਾ ਹੈ ਹਿਮਾਚਲ ਤੋਂ ਵੀ ਜੰਮੂ ਕਸ਼ਮੀਰ ਤੋਂ ਵੀ ਨੁਕਸਾਨ ਕਿਦਾ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਜਿਹੜੇ ਬਾਰਡਰਾਂ ਤੇ ਪੈਟਰੋਲ ਪੰਪ ਮਾਲਕ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਪਰ ਇਸ ਦੀ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ 10000 ਕਰੋੜ ਰੁਪਇਆ ਕਰੋਨਾ ਕਾਲ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਟੈਕਸ ਵਧਾ ਕੇ ਕਮਾਇਆ ਸੈਸ ਵਧਾ ਕੇ ਕਮਾਇਆ ਉਹਦਾ ਭੁਗਤਾਨ ਕੌਣ ਕਰੇਗਾ ਉਹ ਪੈਸਾ ਜਿਹੜਾ ਲੋਕਾਂ ਦੀ ਜੇਬ ਚ ਜਾਣਾ ਚਾਹੀਦਾ ਸੀਗਾ ਉਹਦੇ ਵੱਲ ਕੋਈ ਧਿਆਨ ਨਹੀਂ ਜੇ ਅੱਜ ਤੁਸੀਂ ਬਾਕੀ ਸੂਬਿਆਂ ਦੇ ਨਾਲੋਂ ਰੇਟ ਘਟਾ ਦਿੰਦੇ ਹੋ ਪੰਜਾਬ ਦਾ ਤਾਂ ਜਿਹੜੇ ਲੋਕ ਬਾਹਰੋਂ ਜਾ ਕੇ ਤੇਲ ਪਉਂਦੇ ਨੇ ਉਹ ਤੇਲ ਇੱਥੋਂ ਪਉਣ ਲੱਗ ਜਾਣਗੇ ਜਿਹੜਾ ਤੇਲ ਬਾਹਰੋਂ ਸਮੱਗਲ ਹੋ ਕੇ ਇੱਥੇ ਆਂਦਾ ਪੰਜਾਬ ਦੇ ਵਿੱਚ ਉਹ ਖਤਮ ਹੋ ਜਾਏਗੀ ਸਮੱਗਲਿੰਗ ਪਰ ਪੰਜਾਬ ਸਰਕਾਰ ਕਟੋ ਕਟ ਪੈਟਰੋਲ ਡੀਲਰ ਇਹ ਕਹਿੰਦੇ ਨੇ ਕਿ ਜੋ ਹੁਣ ਕਮਾਈ ਹੋ ਰਹੀ ਹੈ 400 ਕਰੋੜ ਰੁਪਏ ਦੀ ਵਾਧੂ ਕਮਾਈ ਹੋ ਸਕਦੀ ਹੈ ਜੇ ਸਰਕਾਰ ਰੇਟ ਬਰਾਬਰ ਕਰ ਦੇ ਵੈਟ ਦਾ ਰੇਟ ਬਰਾਬਰ ਕਰ ਦੇ ਤਾਂ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋ ਸਕਦੀ ਹੈ ਪਰ ਸਰਕਾਰ ਸੁੱਤੀ ਹੋਈ ਹੈ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਇੱਕ ਅਹਿਮ ਖਬਰ ਦੱਸਦੇ ਹਾਂ ਜਿਹੜੀ ਬੜੀ ਹੈਰਾਨੀਜਨਕ ਹੈ ਕਿ ਕੋਰੋਨਾ ਦੇ ਵਿੱਚ ਕਿਵੇਂ ਆਮ ਜਨਤਾ ਨੂੰ ਲੁੱਟਿਆ ਗਿਆ ਕੋਰੋਨਾ ਦੇ ਵਿੱਚ ਲਗਾਤਾਰ ਇਹ ਕਿਹਾ ਗਿਆ ਕਿ ਕੰਮ ਧੰਦੇ ਠੱਪ ਨੇ ਲੋਕਾਂ ਦੇ ਬਿਜ਼ਨਸ ਖਤਮ ਹੋ ਗਏ ਪਰ ਤੇਲ ਕੰਪਨੀਆਂ ਨੇ ਮੋਟਾ ਮੁਨਾਫਾ ਕਮਾਇਆ ਇੱਕ ਤੇਲ ਕੰਪਨੀ ਤੇ ਸਭ ਤੋਂ ਪਹਿਲਾਂ ਉਦਾਹਰਣ ਦੱਸਦੇ ਆ ਇੱਕ ਤੇਲ ਕੰਪਨੀ ਹੈਗੀ ਆ ਉਹ ਕਹਿੰਦੀ ਕਿ 14% ਸਾਡੀ ਸੇਲ ਘਟ ਗਈ ਪਰ ਇਸ ਦੇ ਬਾਵਜੂਦ ਅਸੀਂ 21000 ਕਰੋੜ ਰੁਪਏ ਦਾ ਮੁਨਾਫਾ ਕਮਾਇਆ 14% ਸੇਲ ਘਟਣ ਦੇ ਬਾਵਜੂਦ ਵੀ ਇਸ ਕੰਪਨੀ ਨੇ 21000 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਉਹ ਕਿਵੇਂ ਕਮਾਇਆ ਉਹ ਵੀ ਤੁਹਾਨੂੰ ਦੱਸਦੇ ਹਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਸੇਲ ਤਾਂ ਘਟ ਗਈ ਹੈ ਮੁਨਾਫਾ ਕਿਵੇਂ ਵਧ ਗਿਆ ਮੁਨਾਫਾ ਇਸ ਕਰਕੇ ਵਧ ਗਿਆ ਕਿ ਜਦੋਂ ਲਾਕਡਾਊਨ ਹੋਇਆ ਉਦੋਂ ਬੜੀਆਂ ਤੇਲ ਕੰਪਨੀਆਂ ਜਦੋਂ ਗਈਆਂ ਕਰੂਡ ਆਇਲ ਖਰੀਦਣ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਕਰੂਡ ਆਇਲ -37 ਡਾਲਰ ਲੈ ਜਾਓ 37 ਡਾਲਰ ਪ੍ਰਤੀ ਬੈਰਲ ਅਸੀਂ ਤੁਹਾਨੂੰ ਦਿੰਨੇ ਆ ਕਿਰਾਇਆ ਪਾੜਾ ਤੁਸੀਂ ਫ੍ਰੀ ਲੈ ਜਾਓ ਸਾਡੇ ਕੋਲੋਂ ਤੇਲ ਕਿਉਂਕਿ ਸਾਡੇ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ ਉਦੋਂ ਤੇਲ ਕੰਪਨੀਆਂ ਨੇ ਫ੍ਰੀ ਤੇਲ ਚੁਕਿਆ ਪਰ ਉਹ ਜਿਹੜਾ ਫਾਇਦਾ ਸੀਗਾ ਉਹ ਮੁਨਾਫਾ ਸੀਗਾ ਉਹ ਜਨਤਾ ਨੂੰ ਨਹੀਂ ਦਿੱਤਾ ਉਹ ਕੰਜ਼ਿਊਮਰ ਨੂੰ ਨਹੀਂ ਦਿੱਤਾ ਉਹ ਸਾਰਾ ਦੇ ਸਾਰਾ ਆਪ ਢਕਾਰ ਕੇ ਔਰ ਇੱਕ ਇੱਕ ਤੇਲ ਕੰਪਨੀ ਨੇ ਦਾਵਾ ਕੀਤਾ ਹੈ ਕਿ ਹੁਣ ਤੱਕ ਦੇ ਭਾਰ ਦੇ ਇਤਿਹਾਸ ਦੇ ਵਿੱਚ ਅਸੀਂ ਸਭ ਤੋਂ ਵੱਧ ਕਮਾਈ ਕੀਤੀ ਹੈ 21000 ਕਰੋੜ ਰੁਪਏ ਦਾ ਮੁਨਾਫਾ ਹੁਣ ਤੱਕ ਅਸੀਂ ਸਭ ਤੋਂ ਵੱਧ ਕਮਾਇਆ ਹੈ ਇਹ ਭਾਰਤ ਪੈਟਰੋਲੀਅਮ ਦਾ ਦਾਵਾ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕਿਵੇਂ ਆਮ ਲੋਕਾਂ ਦੀ ਲੁੱਟ ਹੁੰਦੀ ਹੈ 21000 ਕਰੋੜ ਰੁਪਈਆ ਆਮ ਜਨਤਾ ਦੀ ਜੇਬ ਦੇ ਵਿੱਚ ਜਾਣਾ ਚਾਹੀਦਾ ਸੀਗਾ ਜੋ ਇਹ ਕੰਪਨੀਆਂ ਲੁੱਟ ਕੇ ਖਾ ਗਈਆਂ ਸੋ ਇਹ ਚਾਰ ਹਿੱਸਿਆਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਆਮ ਲੋਕਾਂ ਤੋਂ ਪੈਸੇ ਲਏ ਜਾਂਦੇ ਨੇ ਜਦੋਂ 1 ਲੀਟਰ ਤੁਸੀਂ ਤੇਲ ਪਾਉਂਦੇ ਹੋ ਤਾਂ ਵੱਡੀ ਅਮਾਉਂਟ ਜਿੰਨੇ ਦਾ ਤੁਸੀਂ ਤੇਲ ਪਾਉਂਦੇ ਹੋ ਉਸ ਤੋਂ ਦੁੱਗਣੇ ਤੋਂ ਵੀ ਵੱਧ ਦੀ ਅਮਾਉਂਟ ਤੋਂ ਤੁਹਾਡੇ ਤੋਂ ਟੈਕਸਸ ਦੇ ਰੂਪ ਦੇ ਵਿੱਚ ਵੈਟ ਦੇ ਰੂਪ ਦੇ ਵਿੱਚ ਐਕਸਾਈਜ਼ ਦੇ ਰੂਪ ਦੇ ਵਿੱਚ ਸੈਸ ਦੇ ਰੂਪ ਦੇ ਵਿੱਚ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਲੈ ਲੈਂਦੀ ਸੋ ਇਹ ਤੁਹਾਨੂੰ ਦੱਸਣਾ ਬੜਾ ਜ਼ਰੂਰੀ ਸੀਗਾ ਕਿ ਇਹ ਤੇਲ ਦਾ ਖੇਲ ਕੀ ਹੈ ਜਦੋਂ ਵੱਖ-ਵੱਖ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਕਮਾਂਤਰੀ ਤੇਲ ਦੇ ਨਾਲ ਕਮਾਂਤਰੀ ਰੇਟ ਦੇ ਨਾਲ ਇਹ ਸਭ ਕੁਝ ਜੁੜਿਆ ਹੋਇਆ ਹੈ ਇਹ ਸਰਾ ਸਰ ਝੂਠ ਹੈ ਜਦੋਂ -37 ਡਾਲਰ ਕਰੂਡ ਹੋ ਗਿਆ ਜਦੋਂ ਮੁਫਤ ਤੇਲ ਮਿਲ ਰਿਹਾ ਸੀਗਾ ਤਾਂ ਕਿਹੜੀ ਤੁਸੀਂ ਲੋਕਾਂ ਨੂੰ ਰਾਹਤ ਦੇ ਦਿੱਤੀ ਜਦੋਂ ਅੱਜ 70 ਡਾਲਰ ਬੈਰਲ ਹੈਗਾ ਤਾਂ ਕਿਹੜੀ ਲੋਕਾਂ ਨੂੰ ਰਾਹਤ ਮਿਲ ਗਈ ਹੈ ਇਹ ਸਵਾਲ ਬੜਾ ਵੱਡਾ ਖੜਾ ਹੁੰਦਾ ਹੈ ਇਹ ਸਵਾਲ ਤੁਹਾਡੇ ਅੱਗੇ ਵੀ ਅਸੀਂ ਰੱਖਦੇ ਹਾਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਰੰਤ ਪ੍ਰਭਾਵ ਦੇ ਨਾਲ ਕੇਂਦਰ ਸਰਕਾਰ ਨੂੰ ਆਪਣੀ ਐਕਸਾਈਜ਼ ਡਿਊਟੀ ਤੇ ਸੂਬਾ ਸਰਕਾਰ ਨੂੰ ਆਪਣਾ ਵੈਟ ਕਟਾਣਾ ਚਾਹੀਦਾ ਤੁਰੰਤ ਪ੍ਰਭਾਵ ਦੇ ਨਾਲ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਇਸ ਦਾ ਜਵਾਬ ਜਰੂਰ ਦਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਤੇਲ ਦਾ ਖੇਲ ਅਸਲ ਮਾਇਨੇ ਦੇ ਵਿੱਚ ਸਮਝ ਆ ਸਕੇ ਦੇਸ਼ ਤੋਂ ਨਹੀਂ ਦੀ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ نیوز ਨਾਲ ਧੰਨਵਾਦ ਸਵਾਗਤ ਹੈ